अगर आपने हमारे चैनल को सब्सक्राइब नहीं किया है तो इसे सब्सक्राइब कर लें। वारदात हुई थी कि ज्वेलर लक्की शॉप के लक्की ज्वेलर्स के 24 तरीक कल प्रेस कॉन्फ्रेंस के दौरान तुम्हें दसा गया कि 3 असी बंदे गिरफ्तार किए थे। उसकी लड़ी के कल फिर साढ़े तो इनफॉर्मेशन आने पर असी फरीदकोट एरिए रेड की गुरु की ढाब उतों असी ये दो जड़े होर अक्यूज़ है अरैसट किए जगजीत सिंह और जग्गा पुत्र कुलविंदर सिंह रेशम सिंह पुत्र नछत्र सिंह दोनों कोठे सरावां दे हैगे बाजा खाना फरीदकोट एरिए इन्हां तो इन्हां दी फिर जो अरैसट करके लेंदे तो इन्हां दी पुछगिछ तो असी कल जिहड़े उत्थों लक्खी ज्वेलर्स तो सोना और चांदी दे जेवर लुट्टे गए सीगे उहदे विचों 78.6 तोले दे सोने दे गहने 898 ग्राम चांदी दे गहने समेत एक देसी 12 बोर पिस्तौल जो वारदात दे विच वरत्या गया सीगा समेत 4 रौंद और एक टकुआ जिहनूं कहिंदे आपां ਉਹ ਇਹਨਾਂ ਤੋਂ ਰਿਕਵਰ ਕੀਤਾ ਹੈ ਜੋ ਵੀ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀਗਾ। ਹੁਣ ਇਸ ਕੇਸ ਦੇ ਵਿੱਚ ਅਸੀਂ ਅਰਾਊਂਡ 5 ਬੰਦੇ 6 ਦੇ ਵਿੱਚੋਂ 5 ਗ੍ਰਿਫਤਾਰ ਕਰ ਲਿਆ, ਇੱਕ ਰਹਿ ਗਿਆ ਆਲਮਜੀਤ ਸਿੰਘ, ਉਹਨੂੰ ਵੀ ਉਮੀਦ ਆ ਅਸੀਂ ਛੇਤੀ ਗ੍ਰਿਫਤਾਰ ਕਰ ਲਵਾਂਗੇ। ਔਰ ਜੋ ਇਹਦੇ ਵਿੱਚ ਹੁਣ ਤੱਕ ਰਿਕਵਰੀ ਹੋਈ ਹੈ ਸਾਡੀ ਉਹ 1 ਕਿਲੋ 500 ਗ੍ਰਾਮ 1.5 ਕਿਲੋ ਮਤਲਬ ਸੋਨੇ ਦੇ ਗਹਿਣੇ, 3 ਕਿਲੋ 400 ਗ੍ਰਾਮ ਚਾਂਦੀ ਦੇ ਗਹਿਣੇ, 1.22 ਰਿਵੋਲਵਰ, 1 ਦੇਸੀ ਪਿਸਟਲ 12 ਬੋਰ ਕੱਟਾ, 4 ਰੌਂਦ, 1 ਬਰੀਜ਼ਾ ਕਾਰ ਅਤੇ 1 ਟਕੂਆ ਜਿਹਨੂੰ ਆਪਾਂ ਕਹਿੰਦੇ ਹਾਂ ਕਾਪਾ ਲਾ ਲਓ, ਉਹ ਰਿਕਵਰ ਕੀਤਾ ਹੈਗਾ ਇਹਨਾਂ ਤੋਂ। ਗੁਰਤੇਜ ਸਿੰਘ ਜਿਹੜਾ ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਜਿਹਨੂੰ ਪੇਸ਼ ਕੀਤਾ ਸੀ। ਜਿਹੜੀ 24/9 ਨੂੰ ਗੋਨਿਆਣਾ ਵਿਖੇ ਲੱਖੀ ਜੂਲਰਸ ਦੇ ਡਕੈਤੀ ਹੋਈ ਸੀਗੀ ਉਸ ਦੇ ਸਿਲਸਿਲੇ ਦੇ ਵਿੱਚ ਅਸੀਂ ਕੱਲ੍ਹ ਸ਼ਾਮੀ ਦੇਰ ਸ਼ਾਮ 2 ਅਰੈਸਟ ਹੋਰ ਕੀਤੀਆਂ ਨੇ, 3 ਅਰੈਸਟ ਅਸੀਂ ਪਰਸੋਂ ਕੀਤੀਆਂ ਸੀ, 2 ਅਰੈਸਟ ਅਸੀਂ ਕੱਲ੍ਹ ਸ਼ਾਮ ਹੋਰ ਕੀਤੀਆਂ ਨੇ। ਗੁਰੂ ਕੀ ਢਾਬ ਏਰੀਆ ਜੋ ਫਰੀਦਕੋਟ ਏਰੀਆ ਡਿਸਟ੍ਰਿਕਟ ਦਾ ਏਰੀਆ ਪੈਂਦਾ ਉੱਥੋਂ, ਅਤੇ ਉਹਨਾਂ ਤੋਂ ਬੰਦੇ ਤੋਂ ਉਹਨਾਂ ਦੇ ਨਾਂ ਹੈਗੇ ਜਗਜੀਤ ਸਿੰਘ ਉਰਫ ਜੱਗਾ ਅਤੇ ਰੇਸ਼ਮ ਸਿੰਘ, ਇਹ ਹੈਗੇ ਕੋਠੇ ਸਰਾਵਾਂ ਦੇ ਦੋਨੇ ਰਹਿਣ ਵਾਲੇ ਆ। ਅਤੇ ਇਹਨਾਂ ਤੋਂ ਅਸੀਂ ਰਿਕਵਰੀ ਦੇ ਤੌਰ 'ਤੇ 78.6 ਤੋਲੇ ਸੋਨੇ ਦੇ ਗਹਿਣੇ ਅਤੇ 898 ਗ੍ਰਾਮ ਚਾਂਦੀ ਦੇ ਗਹਿਣੇ, 1 ਦੇਸੀ ਪਿਸਟਲ 12 ਬੋਰ ਅਤੇ 1 ਟਕੂਆ ਟਾਈਪ ਜਿਹੜਾ ਹੁੰਦਾ ਹਥਿਆਰ ਜਿਹੜਾ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਉਹ ਬਰਾਮਦ ਕੀਤਾ ਹੈਗਾ। ਸਰ ਕੰਮ ਕੀ ਕਰਦੇ ਸੀ, ਇਹਨਾਂ ਦੀ ਬੈਕਗ੍ਰਾਊਂਡ ਕੀ ਹੈ? ਇਹ ਬੈਕਗ੍ਰਾਊਂਡ ਜਿਹੜਾ ਇਹ ਹੈਗਾ ਜਗਜੀਤ ਸਿੰਘ, ਇਹ ਤਾਂ ਜਿਹੜੇ ਕਿਵੇਂ ਕਹਿੰਦੇ ਆ ਮੰਜੇ ਨਹੀਂ ਬਣਾਉਂਦੇ, ਮੰਡੇ ਪਾਵੇ ਲੋਹੇ ਵਾਲੇ ਜਿਹੜੇ ਦੋ, ਉਹਨੂੰ ਪੇਂਟ ਕਰਦਾ ਸੀਗਾ, ਉਹਦਾ ਇਹ ਕੰਮ ਹੈਗਾ। ਅਤੇ ਜਿਹੜਾ ਰੇਸ਼ਮ ਸਿੰਘ ਹੈਗਾ ਇਹ ਤੁਹਾਨੂੰ ਕੱਲ੍ਹ ਵੀ ਦੱਸਿਆ ਸੀਗਾ, ਇਹ ਏਜੰਟ ਹੈਗਾ ਮੋਬਿਲ ਆਇਲ ਦਾ ਜਿਹੜਾ ਗੁਰਿਆਣਾ ਮੰਡੀ ਦੇ ਵਿੱਚ ਸਪਲਾਈ ਕਰਦਾ ਸੀ। ਪਹਿਲਾਂ ਕੋਈ ਮਾਮਲੇ ਦਰਜ ਸਰ? ਇਹਨਾਂ ਦੇ ਲੜਾਈ ਝਗੜੇ ਦੇ ਮਾਮਲੇ ਦਰਜ ਹੈਗੇ ਦੋਨਾਂ 'ਤੇ ਪਿੰਡ ਦੇ ਵਿੱਚ, ਉੱਥੇ ਫਰੀਦਕੋਟ ਇਹਨਾਂ ਦੇ ਆਪਣੇ ਪਿੰਡ ਦੇ ਵਿੱਚ ਜਿਹੜੇ ਕੱਲ੍ਹ ਫੜੇ ਸੀ ਉਹਨਾਂ ਦਾ ਕੁਛ ਸਾਹਮਣੇ ਆਇਆ ਬ੍ਰਦਰ, ਕਿਉਂਕਿ ਕੱਲ੍ਹ ਜਦੋਂ ਅਸੀਂ अगर आपने हमारे चैनल को सब्सक्राइब नहीं किया है तो इसे सब्सक्राइब कर लें।